ਮਹਾਮਾਰੀ ਬਣ ਚੁੱਕੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਹੋ ਰਹੀ ਕਿਡਨੀ ਫੇਲ ਨੂੰ ਲੈ ਕੇ ਲੁਧਿਆਣਾ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ 'ਚ ਮਾਹਿਰ ਡਾਕਟਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸਾਲ ਕਿਡਨੀ ਫੇਲ ਹੋਣ ਨਾਲ ਤਕਰੀਬਨ 6 ਲੱਖ ਮੌਤਾਂ ਹੁੰਦੀਆਂ ਨੇ ਅਤੇ 10% ਮਰੀਜ਼ਾਂ ਨੂੰ ਹੀ ਸਹੀ ਇਲਾਜ ਮਿਲ ਪਾਉਂਦਾ ਹੈ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਕੁਲਦੀਪ ਡੁਗਰੀ ਦੀ ਰਿਪੋਰਟ, ਚੈਨਲ 2।